ਫਿਰੋਜ਼ਪੁਰ ਵਿੱਚ ਮੁੜ ਹੋਈ ਹਿੰਸਕ ਝੜਪ। ਮਾਮੂਲੀ ਜਿਹੀ ਗੱਲ ਨੂੰ ਲੈ ਕੇ ਵਧਿਆ ਵਿਵਾਦ। ਸਕੂਲੀ ਬੱਚਿਆਂ ਦੀ ਲੜਾਈ ਵਿੱਚ ਸ਼ਾਮਿਲ ਹੋਏ ਘਰ ਵਾਲੇ। ਫਿਰੋਜ਼ਪੁਰ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਹੋ ਰਹੀਆਂ ਹਿੰਸਕ ਝੜਪਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਇਸੇ ਨਾਲ ਹੀ ਸੰਬੰਧਿਤ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੋ ਧਿਰਾਂ ਵਿਚਕਾਰ ਹਿੰਸਕ ਝੜਪ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਇੱਕ ਦੂਜੇ ਵੱਲ ਇੱਟਾਂ ਰੋੜੇ ਤੱਕ ਚਲਾਏ ਜਾ ਰਹੇ ਨੇ। ਦਰਅਸਲ ਇਹ ਪੂਰੀ ਘਟਨਾ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਇ ਦੇ ਪਿੰਡ ਮਾਦੀ ਦੀ ਦੱਸੀ ਜਾ ਰਹੀ ਹੈ, ਜਿੱਥੇ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਗੱਲ ਖੂਨ ਖਰਾਬੇ ਤੱਕ ਆ ਪਹੁੰਚੀ। ਲੜਾਈ ਦਾ ਕਾਰਨ ਦੋ ਬੱਚਿਆਂ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ, ਜੋ ਆਪਸ ਵਿੱਚ ਸਕੂਲ ਵੈਨ ਵਿੱਚ ਲੜ ਪੈਂਦੇ ਹਨ। ਬੱਚਿਆਂ ਨੇ ਆਪਣੇ ਘਰ ਇਹ ਗੱਲ ਦੱਸੀ ਤਾਂ ਮਾਮਲਾ ਵਿਗੜਦਾ ਹੋਇਆ ਇੰਨਾ ਜ਼ਿਆਦਾ ਵਿਗੜ ਗਿਆ ਕਿ ਇੱਕ ਧਿਰ ਵੱਲੋਂ ਜਵਾਬ ਵਿੱਚ ਫਾਇਰ ਤੱਕ ਕਰਨ ਦੀ ਗੱਲ ਦੱਸੀ ਜਾ ਰਹੀ ਹੈ। ਇਸ ਪੂਰੀ ਘਟਨਾ ਦੌਰਾਨ ਦੋਹਾਂ ਧਿਰਾਂ ਦੇ ਲੋਕਾਂ ਨੂੰ ਗੰਭੀਰ ਰੂਪ ਤੇ ਸੱਟਾਂ ਲੱਗੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਪੂਰੀ ਘਟਨਾ ਸੰਬੰਧੀ ਦੋਹਾਂ ਧਿਰਾਂ ਦਾ ਕੀ ਕਹਿਣਾ ਹੈ, ਆਓ ਸੁਣਦੇ ਹਾਂ। ਬੱਚਿਆਂ ਕਾਕਾ ਗਿਆ ਵੀ ਕਾਹਨੇ ਨੇ ਮਾਰਿਆ ਜੀ, ਉੱਥੋਂ ਮੈਂ ਇਹਨਾਂ ਨੂੰ ਖਿੱਚ ਖੁੱਚ ਲਿਆਂਦਾ, ਛੱਡੋ ਖੜਾ ਆਪਾਂ ਇਹਦੇ ਦਾਦੇ ਨੂੰ ਆਖਾਂ। ਉਹ ਕੰਮ ਵੱਧਦਾ ਵੱਧਦਾ ਵਧੀ ਗਿਆ, ਉਹਨਾਂ ਬੰਦੇ ਬੁਲਾ ਲਏ, ਉਹ ਕੱਲ ਗਏ ਨੇ। ਅਸੀਂ ਚਲੋ ਦੂਜੀ ਪਾਰਟੀ ਦੇ ਹਾਂ, ਅਤੇ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਪਈ, ਕੱਲ੍ਹ ਦੇ ਇੱਥੇ ਬਹਿ ਹਾਂ, ਕੋਈ ਆਉਂਦਾ ਨਹੀਂ, ਕੋਈ ਜਾਂਦਾ ਨਹੀਂ। ਤਾਂ ਤੁਹਾਡੇ ਕਿੰਨੇ ਲੋਕ ਜ਼ਖਮੀ ਹੋਏ ਨੇ? ਜ਼ਖਮੀ ਤਾਂ ਅਸੀਂ ਦੋ ਭਰਾ ਵੀ ਹਾਂ, ਇੱਕ ਬੱਚੇ ਨੂੰ ਚੱਲ ਅਸੀਂ ਘਰੇ ਢਾਲ ਦਿੱਤਾ, ਚੱਲ ਉਹਨੂੰ ਕੀ ਵਿੱਚ ਇੱਥੇ ਪਾਉਣਾ। ਅਸੀਂ ਤਾਂ ਕਰਿਆਨੇ ਦੀਆਂ ਦੁਕਾਨਾਂ ਸਾੜੀਆਂ ਸੀ, ਉੱਥੇ ਬੈਠੇ ਸੀ, ਉਹ ਆਏ ਅਤੇ ਪੁੱਜ ਕੇ 10-15 ਜਾਣੇ ਤਾਂ ਅਸੀਂ ਹੈ ਦੋਵੇਂ ਭਰਾ। ਮੁੰਡੇ ਤਾਂ ਕਰਿਆ ਸੀ, ਜਦੋਂ ਰੌਲਾ ਪੈ ਗਿਆ ਜਰਾ ਤੁਹਾਡੀ ਧੀ ਦੀ ਤੁਹਾਡੀ ਭੈਣ ਦੀ, ਉੱਥੇ ਗੋਲੀ ਵੀ ਚੱਲੀ? ਗੋਲੀ ਵੀ ਚੱਲੀ, ਅੱਛਾ ਜੀ, 4 ਰਾਊਂਡ ਚੱਲੇ ਨੇ, ਉਹ ਬਾਈ ਨੂੰ ਵੱਜਿਆ ਵੀ। ਅਤੇ ਉਹਨਾਂ ਨੇ ਅੱਗੋਂ ਹੋਰ ਵੀ ਹਥਿਆਰ ਫੜੇ ਹੋਏ ਸੀ? ਸਾਰਿਆਂ ਨੇ ਕਿਉਂਕਿ ਗੁੰਡਾਸੀ ਸੀ, ਕਿ ਚੈਨ ਸੀ, ਕਿ ਕੁਛ ਸੀ, ਸਾਰਿਆਂ ਕੋਲ ਆਵੇ ਗੁੰਡਾਸਾ ਵੱਜਿਆ, ਇਵੇਂ ਕਰਕੇ ਕੰਮ ਵਧੀ ਗਿਆ। ਫਿਰ ਵਿੱਚ ਬੰਦੇ ਕੋਈ ਛਡਾਵੇ ਪੈ ਗਏ, ਕਿਵੇਂ ਹੋ ਗਿਆ ਉਹ। ਫਿਰ ਜਦੋਂ ਰੌਂਗ ਵੱਜਿਆ ਫਿਰ ਅਸੀਂ ਪਛਾਣ ਹਟ ਗਿਆ ਵੀ ਕੀ ਲੈਣਾ, ਇਵੇਂ ਕਰਕੇ ਕੰਮ ਚੱਲੀ ਗਿਆ। ਕਿਹੜਾ ਸਕੂਲ 'ਤੇ ਜਾਂਦੇ ਸੀ? ਸਕੂਲ ਜਾਂਦੇ ਸੀ, ਉਹਦੇ ਜੇ ਲੈਫਟੈਂਟ ਸਿੰਘ ਦਾ ਲੜਕਾ ਅਤੇ ਸਰਵਿੰਦਰ ਸਿੰਘ ਦਾ ਲੜਕਾ ਦੋਨੇ ਕਿਤੇ ਆਪਸ 'ਚ ਲੜ ਪੈਣ, ਉਹ ਕੀ ਹੋਇਆ ਉਹਨੇ ਘਰ ਦੱਸਿਆ। ਕੁਝ ਉਸ ਤੋਂ ਬਾਅਦ ਸਰਵਿੰਦਰ ਸਿੰਘ ਮੋੜ 'ਤੇ ਆ ਗਿਆ, ਉਹਨੇ ਆਣ ਕੇ ਬੈਰ ਰੋਕ ਕੇ ਬੱਚੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟਦਾ ਉਹਨੂੰ ਉਹਨੇ ਜੇ ਉਹਨੂੰ ਬੂਟਾ ਸਿੰਘ, ਚੰਨਣ ਸਿੰਘ, ਸ਼ਿੰਗਾਰ ਸਿੰਘ ਦੇ ਦਰਵਿੰਦਰ ਸਿੰਘ ਸਾਰੇ ਆ ਕੇ ਉਹਨੂੰ ਖਿੱਚ ਕੇ ਉਹਦੀ ਦੁਕਾਨ 'ਤੇ ਲੈ ਗਏ ਅੱਗੇ। ਅਸੀਂ, ਮੈਂ ਅਤੇ ਮੇਰਾ ਪਾਪਾ ਹੈ ਨਰਿੰਦਰ ਸਿੰਘ ਜੀ, ਅਸੀਂ ਗਏ ਭੱਜੇ ਹਾਂ ਛਡਾਉਣ ਵਾਸਤੇ ਇਹਨਾਂ ਨੂੰ। ਉਹਨੇ ਚਿਰ ਨੂੰ ਕੁਲਵਿੰਦਰ ਸਿੰਘ ਵੀ ਆ ਗਿਆ ਜਿਹੜਾ ਸਾਡਾ ਪੁਆ ਦਾ ਲੜਕਾ ਸੀ, ਅਸੀਂ ਭੱਜੇ ਹਾਂ, ਸਾਨੂੰ ਜਾਂਦੇ ਹਾਂ ਇਹਨਾਂ ਸੱਟਾਂ ਮਾਰਤੀ, ਮੇਰੇ ਆ ਗੰਡਾਸੀ ਮਾਰੀ ਅਤੇ ਬਾਪੂ ਦੇ ਮਾਰੀ ਨੇ, ਗੋਂਦੇ ਦਾ ਬਹੁਤ ਮਾਰੇ, ਫਿਰ ਅਸੀਂ ਦੋਵੇਂ ਡਿੱਗ ਪਏ ਹਾਂ। ਉਸ ਤੋਂ ਬਾਅਦ ਜਦੋਂ ਡਿੱਗ ਪਏ ਉਹਨਾਂ ਉੱਤੇ ਸਾਡੇ ਡਿੱਗਿਆਂ ਦੀ ਮਾਰੀ ਗਏ ਸਾਨੂੰ, ਸਾਨੂੰ ਪਤਾ ਨਹੀਂ ਲੱਗਾ। ਫਿਰ ਰੌਲਾ ਸੁਣ ਕੇ ਸਾਡਾ ਚਾਚਾ ਬਲਵਿੰਦਰ ਸਿੰਘ ਆਇਆ ਲਸੰਸੀ ਇਤਿਹਾਸ ਲੈ ਕੇ ਆਪਣਾ, ਉਹਨੇ ਸਾਨੂੰ ਇਹ ਕੁੱਟੀ ਜਾਂਦੇ, ਉਹਨੇ ਸਾਡੇ ਬਚਾਅ ਦੇ ਲਈ ਮੁੰਡੇ ਫਡਾਉਣ ਵਾਸਤੇ ਸਾਡੇ ਬਚਾਅ ਦੇ ਲਈ ਉਹਨੇ। ਉੱਥੇ ਹੀ ਫਿਰੋਜ਼ਪੁਰ ਪੁਲਿਸ ਦਾ ਇਸ ਪੂਰੇ ਮਾਮਲੇ ਦੀ ਤਫਤੀਸ਼ ਸੰਬੰਧੀ ਕੀ ਕਹਿਣਾ ਹੈ, ਇਹ ਵੀ ਸੁਣਦੇ ਹਾਂ। ਬਾਈ ਦਾ ਕਾਰਨ ਇਸ ਤਰ੍ਹਾਂ, ਟੂਟਾ ਸਿੰਘ ਪੁੱਤਰ ਸ਼ਿੰਗਾਰ ਸਿੰਘ ਬਾਦੀ ਦੇ ਰਹਿਣ ਵਾਲਾ, ਅਤੇ ਦੂਜੇ ਪਾਸੇ ਬਲਵਿੰਦਰ ਸਿੰਘ ਪੁੱਤਰ ਗੱਬੇ ਪੁੱਤੇ ਦੇ ਬਾਦੀ ਦੇ ਰਹਿਣ ਵਾਲਾ। ਇਹਨਾਂ ਦੇ ਬੱਚੇ ਗੁਰੂ ਸਾਹਿਬ ਸਕੂਲ ਵਿੱਚ ਪੜ੍ਹਦੇ ਆ, ਕੱਲ੍ਹ ਆਪਸ ਵਿੱਚ ਬੱਸ ਦੇ ਵਿੱਚ ਇਹਨਾਂ ਦਾ ਲੜਾਈ ਝਗੜਾ ਹੋ ਗਿਆ ਸੀਗਾ, ਅਤੇ ਪਿੰਡ ਦੇ ਵਿੱਚ ਆ ਕੇ ਬੂਟਾ ਸਿੰਘ ਦੇ ਪੁੱਤਰੇ ਨੇ, ਬਲਵਿੰਦਰ ਸਿੰਘ ਪੁੱਤਰੇ ਬੂਟਾ ਸਿੰਘ ਸਪੇਟਾਂ ਮਾਰਤੀਆਂ ਸੀ ਪਿੰਡ ਆਣ ਕੇ, ਇੱਥੋਂ ਲੜਾਈ ਫਿਰ ਇਹਨਾਂ ਦੇ ਹੋਰ ਵੱਧ ਗਈ, ਦੋਵੇਂ ਪਾਰਟੀਆਂ ਸੱਟਾਂ ਲੱਗਣ ਕਰਕੇ ਦਾਖਲ ਹੋਏ ਨੇ, ਅਤੇ ਇੱਕ ਪਾਰਟੀ ਦੇ ਬਿਆਨ 'ਤੇ ਪਰਚਾ ਦਰਜ ਹੋ ਗਿਆ 307 ਦਾ, ਦੂਜੀ ਪਾਰਟੀ ਦੇ ਜੋ ਬਿਆਨ ਲਿਖਾਉਣ ਦਾ ਕਾਰਵਾਈ ਅਮਲ 'ਚ ਲੈਂਦੀ ਹੈ। ਇਸ ਦੌਰਾਨ ਕੋਈ ਫਾਇਰਿੰਗ ਵੀ ਹੋਈ ਹੈ? ਇਸ ਲੜਾਈ 'ਚ ਫਾਇਰਿੰਗ ਵੀ ਹੋਈ ਹੈ, ਬਲਵਿੰਦਰ ਸਿੰਘ ਨੇ ਫਾਇਰ ਵੀ ਕੀਤੇ 12 ਬੋਲ ਦੀ, ਇੱਕ ਦੇ ਬਿਆਨ 'ਤੇ ਪਰਚਾ ਦਰਜ ਹੋ ਗਿਆ, ਅਤੇ ਬਾਕੀ ਐਮਐਲਆਰ ਆ ਹੁਣ 'ਤੇ ਉਹਨਾਂ ਦੂਜੀ ਕਾਰਵਾਈ ਕੀਤੀ ਜਾਵੇਗੀ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।